ਹੋਰ ਦੇ ਮੈਦਾਨ ਵਿੱਚ ਕੰਨੂ ਉੱਪਰ ਖਾਲਸੇ ਵਾਲਾ ਕਬੱਡੀ 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 ਪਹਿਲੀ ਰੇਡ ਤੇ ਪਟਾਕੇ ਪਾ ਗਏ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਰੂਬੀ ਦੀ ਪੈਂਦੀ ਹਰੇਡ ਪੰਜਵਾਂ ਵਾਲਾ ਕੌਣ ਗੁਰਪ੍ਰੀਤ 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 ਗੋਪੀ ਆਖਦੇ ਨੇ ਜਾਂ ਗੁਰਪ੍ਰੀਤ ਗੋਪੀ ਪੰਜਵਾਂ ਵਾਲਾ ਇਸ ਵੇਲੇ ਖੁਸ਼ੀ ਕਰੇ ਤਾਂ ਰੂਬੀ ਹਰਖੋ ਰੂਬੀ ਇਸ ਵੇਲੇ ਫਤਿਹਪੁਰੀ ਆ ਇੱਕ ਹਰਖੋ ਵਾਲੀ ਪ੍ਰਸਿੱਧ ਹੋਇਆ ਪਰ ਦੂਜੇ ਪਾਸੇ ਵੇਖਦੇ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਨੌਜਵਾਨ ਤਾਵੀ ਵਾਧਾ ਹੋਇਆ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਨੇ ਸੁਨੀਲ ਨਾਲ ਦੀਪੂ ਨਾਲ ਜੋਤੀ ਆਹ ਮੁਕਾਬਲਾ ਸਕਦੇ ਨੰਬਰ ਜਿਹੜਾ ਵੇਖਦੇ ਕਿ ਜੱਬੋਵਾਲ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਸਿਰੇ ਦਾ ਨੰਬਰ ਮੁੰਡੇ ਨੇ ਜੋੜ ਦਿੱਤਾ ਤਾਂ ਅਗਲੀ ਕਬੱਡੀ ਪਾਉਣ ਦੇ ਲਈ ਥੋਪੀਆ ਪਿੰਡ ਮਨੀ ਨਾਮ ਰਾਜਨ ਜੀ ਕਰਦੇ ਗੱਲ ਭੁਪਿੰਦਰ ਸਿੰਘ ਜੋੜੀ ਸਿੰਘ ਪੁੱਤਰ ਬਾਬੇ ਮਹਿੰਦੋ ਦਾ ਪੋਤਾ ਖੇਡ ਮੈਦਾਨ ਵਿੱਚ ਦੁਨੀਆ ਦਾ ਰਸਤੇ ਦਾ ਹੰਕਾਰ ਬੱਲੇ ਬੱਲੇ ਕਰਵਾਏਗਾ ਚਾਰ ਜਾਫੀਆਂ ਦੀ ਘੇੜੀ ਕਬੱਡੀ ਪਹਿਲੀ ਰਾਇੰਡ ਜੋੜੀ ਆਓ ਨੰਬਰ ਆ ਸੁਲੇਮਨੀ ਥੋਪੀਏ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਸੁਖਵਿੰਦਰ ਹੋਣਗੇ ਖੇਡਾਂ ਰੰਗਲੇ ਪੰਜਾਬ ਦੀਆਂ ਨਾਲ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਜਿੱਤੀ ਆਇਆ ਹੰਪੰਦੀ ਰੇਡ ਲਓ ਸਾਹਮਣੇ ਪੈਂਦੀ ਰੇਡ ਆ ਦੂਜੇ ਪਾਸੇ ਮੁਕਾਬਲਾ ਸਕਦੇ ਮੇਰੇ ਪੰਜਾਬੀ ਵੀਰੋ ਲਓ ਇਧਰਲੇ ਪਾਵੀ ਲੱਖ ਲੱਖ ਦਾ ਕਬੱਡੀ ਕੱਪ ਦਾ ਦੁਨੀਆਂ ਦੇ ਮਹਾਨ ਕਦੇ ਬਿੰਦਰ ਦੀ ਕਦੇ ਧੀਰੇ ਦੀ ਕਦੇ ਸੋਦੇ ਹੋਣਾਂ ਦੀ ਗੱਲ ਆਹ ਖੇਡ ਮੈਦਾਨਾਂ ਵਿੱਚ ਚੱਲਦੀ ਆ ਜੱਗੂ ਵਰਗੇ ਲਓ ਸਾਹਮਣੇ ਪੈਂਦੀ ਰੇਡ ਤੇ ਕਬੱਡੀ 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 ਨੰਬਰ ਜਿਹੜਾ ਜੱਬੋਵਾਲ ਦੀ ਟੀਮ ਫਤਿਹਪੁਰੀ ਆ ਉਹ ਲਾਲ ਜੱਫਾ ਨੌਜਵਾਨਾ ਬੱਲੇ ਬੱਲੇ ਕਰਵਾਉਣੀ ਪੈਣੀ ਆ ਤੇ ਗੱਲ 30 ਕੁ ਸਕਿੰਟਾਂ ਵਿੱਚ ਮੁੱਕਣੀ ਆ ਰੇਡਾਂ ਚਾਹੇ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਣੀ ਆ ਪ੍ਰਿੰਸੀਪਲ ਸਰਵਨ ਸਿੰਘ ਜੀ ਢੁੱਡੀਂਗੇ ਵਾਲਿਆਂ ਦਾ ਵੀ ਦਿਲੋਂ ਧੰਨਵਾਦ ਆ ਸਾਡੇ ਪ੍ਰਿੰਸੀਪਲ ਆਹ ਕਹਿੰਦੇ ਸਰਵਨ ਸਿੰਘ ਜੀ ਢੁੱਡੀਂਗੇ ਜਿਹਨਾਂ ਨੂੰ ਵੱਡੇ ਪੱਧਰ ਤੇ ਮਾਣ ਸਨਮਾਨ ਹੋਏ ਮੇਰੇ ਵੀਰੋ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹ ਧੁਰਜੀ ਹੈ ਨਿਜ਼ਾਮਪੁਰ ਦੀ ਧਰਤੀ ਦਾ ਬੁਢਾ ਕਿਹੜਾ ਵਿਦੇਸ਼ਾਂ ਦੀ ਧਰਤੀ ਤੇ ਬੱਲੇ ਬੱਲੇ ਕਰਵਾਉਂਦਾ ਪਰਿਵਾਰ ਦੀ ਟੀਮ ਆ ਤੇ ਕਹਿੰਦੇ ਗੁਰਜੀਤ ਸਿੰਘ ਪਰਿਵਾਰ ਖਿਡਾਰੀ ਬਲਕੀ ਸਿੰਘ ਜੀ ਪਰਿਵਾਰ ਚਰਨਜੀਤ ਸਿੰਘ ਜੀ ਪਰਿਵਾਰ ਤੇ ਹਰਮਨ ਪਰਿਵਾਰ ਨਹੀਂ ਰਿਹਾ ਉਹਦੀਆਂ ਯਾਦਾਂ ਨੇ ਉਹਨਾਂ ਦੀ ਟੀਮ ਖੇਡਦੀ ਆ ਔਰ ਸੌਖਾ ਭਾਈ ਵਾਲਾ ਇੱਧਰ ਕਹਿੰਦੇ ਪ੍ਰਿੰਸੀਪਲ ਕਾਲਾ ਤੇ ਦੀਪੇ ਵੀਰ ਹੋਣਾ ਦੀ ਟੀਮ ਔਰ ਕਬੱਡੀ 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 ਹੁਣ ਦੇ ਵੀ ਦੀਪੂ ਕਰੂ ਕਮਾਲ ਲੱਗਾ ਜੋਰ ਉੜਦੀ ਧੂੜ ਵੱਜਦੇ ਧੱਕੇ ਬਾਲ ਗੱਭਰੂਆ ਸਵਾਗਤ ਲਿਆਤਾ ਤਾੜੀਆਂ ਮਾਰਦਾ ਮੁੰਡੇ ਨੂੰ ਸਵਾਗਤ ਕਰਵਾਤਾ ਗੱਭਰੂਆ ਅਗਲੀ ਪਿੰਡ ਵਾਲਾ ਇਸ ਵੇਲੇ ਰੂਬੀ ਮੈਦਾਨ ਦੇ ਚਾਹਤਾ ਹੈ ਫਤਿਹਪੁਰੀਆ ਰੂਬੀ ਕਬੱਡੀ ਭਾ ਰਿਹਾ ਕਹਿੰਦਾ ਰੇਡ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਕੌਣ ਗੱਭਰੂ ਬੱਲੇ ਬੱਲੇ ਕਰਵਾਵੇਗਾ ਲਓ ਵੇਖਦੇ ਕਿ ਨੌਜਵਾਨ ਗੱਭਰੂ ਪਰ ਟਾਪਰੇ ਵਾਲਾ ਵੀ ਤਿਆਰ ਹੈ ਆਹ ਬਜਮਾ ਵਾਲਾ ਗੁਰਪ੍ਰੀਤ ਸਿੰਘ ਗੋਪੀਏ
ਪਰ ਦੂਜੇ ਪਾਸੇ ਵੇਖਦੇ ਕੋਈ ਆ ਰੂਪੀ ਆਹ ਬੱਲੇ ਬੱਲੇ ਕਰਵਾ ਰਹੇ ਮੇਰੇ ਮਿੱਤਰੋ ਲਾ ਮਨ ਇਸ ਵੇਲੇ ਭੈਣੀ ਵਾਲਾ ਕਬੱਡੀ ਪਾੜ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਖਿਡਾਰੀ ਨੇ ਇਹ ਬਤੌੜੇ ਜਾਫੀ ਆ ਅੱਜ ਰੇਗਾ ਪਾਉਣੀਆਂ ਭੈਣੀਆਂ ਨੇ ਆਹ ਵੇਖਦੇ ਕਿ ਪੈਂਦੀ ਹੈ ਕਬੱਡੀ ਤੇ ਇਹ ਨੌਜਵਾਨ ਜੋਤੀ ਏ ਜੋਤੀ ਜੱਬੋ ਵਾਲੀ ਆ ਖੇਡ ਮੈਦਾਨ ਵਿੱਚ ਰਾਜ ਅੱਖਾਂ ਬੱਲੇ ਬੱਲੇ ਕਰਵਾਉਂਦਾ ਹੋਇਆ ਨਵੀਂ ਦਰਸ਼ਕ ਵੀਰੇ ਜਿਹੜੇ ਜਿਹੜੇ ਚਾਹੁੰਦੇ ਵੀ ਜੱਬੋ ਵਾਲ ਦੀ ਟੀਮ ਜਿੱਤੇ ਇੱਕ ਵਾਰੀ ਉਹ ਤਾੜੀਆਂ ਮਾਰ ਕੇ ਦੱਸੋ ਪਹਿਲਾਂ ਕਿਆ ਬਾਤਾਂ ਜਿਹੜੇ ਜਿਹੜੇ ਚਾਹੁੰਦੇ ਵੀ ਹਕੀਮ ਪੁਰ ਦੀ ਟੀਮ ਜਿੱਤੇ ਇੱਕ ਵਾਰੀ ਉਹ ਵੀ ਤਾੜੀਆਂ ਮਾਰਦਾ ਉਹ ਵੀ ਆਪਣੇ ਖਿਡਾਰੀ ਹੈ ਪਰ ਉਹ ਤਾੜੀਆਂ ਮਾਰੋ ਜਿਹੜੇ ਚਾਹੁੰਦੇ ਵੀ ਜਿੱਤੇ ਜਿਹੜੀ ਮਰਜ਼ੀ ਪਰ ਮੈਚ ਐਨ ਫਸ ਕੇ ਹੋਣਾ ਚਾਹੀਦਾ ਪਰ ਉਹ ਤਾੜੀਆਂ ਮਾਰਦਾ ਰਹਾ ਬੋਲ ਕੇ ਦਰਸ਼ਕ ਵੀਰੇ ਤੇ ਖੇਡ ਕਬੱਡੀ ਅੱਖਾਂ ਦੇ ਸਰਨਾਮੇ ਦੱਸਦੀ ਰਹੇ ਕਬੱਡੀ ਦੱਸਦੇ ਰਹਿਣ ਪੰਜਾਬੀ ਦੱਸਦੀ ਰਹੇ ਕਬੱਡੀ ਤੇ ਜਿੱਦੋ ਜਿੱਦੋ ਤੋਂ ਤੁਰਨ ਪੰਜਾਬੀ ਪਿਆਰ ਕਬੱਡੀ ਨੂੰ ਜਿੱਥੇ ਗਏ ਪੰਜਾਬੀ ਲੱਗੇ ਨਾਲ ਕਬੱਡੀ ਨੂੰ ਜਿੱਦਾ ਜਿੱਦਾ ਤੋਂ ਤੁਰਨ ਪੰਜਾਬੀ ਪਿਆਰ ਕਬੱਡੀ ਨੂੰ ਪਿਛਲੇ ਵਾਲਾ ਚਾਚੇ ਵਾਲਾ ਨੰਬਰ ਉਹ ਜਿਹੜਾ ਹੋਰ ਦਿੱਤਾ ਜੀ ਨੋਟ ਕਰੋ ਜੀ ਸਾਡੇ ਭਰਾ ਆਹ ਪਾਉਂਦਾ ਹਰੇਰ ਤਾਂ ਦੂਜੇ ਪਾਸੇ ਸੁਨੀਲ ਫਤਿਹਪੁਰੀਆ ਕੋਸ਼ਿਸ਼ ਕਰੇ ਪਰ ਕੰਨੂ ਉੱਪਰ ਖਾਲਸੇ ਵਾਲਾ ਨੂਰ ਮਹਿਲ ਇਲਾਕਾ ਹੈ ਚਾਰ ਗੋਰਿਆਂ ਨੂੰ ਨਫਾ ਕਰੋ ਆਹ ਕਾਲੇ ਗੋਰੇ ਦੀ ਗੱਲ ਕੋਈ ਨੀ ਮੇਰੇ ਮਿੱਤਰੋ ਵਿੱਚ ਹੈ ਮੈਦਾਨ ਦੇ ਇੱਕੋ ਭਾਂਡੇ ਪਾਣੀ ਪੀਂਦੇ ਗੱਭਰੂ ਜਹਾਨ ਦੇ ਹੱਥ ਟੇਕਦੇ ਨੇ ਸਾਰੇ ਕਥਾ ਹੱਥ ਵਾਰ ਕਰਾਂ ਨੀ ਮੈਂ ਝੁੱਕ ਕੇ ਸਲਾਮ ਜਿਹੜੀ ਤੈਨੂੰ ਜੰਮਿਆ ਹੈ ਨਾ ਗੋਪੀ ਉਦਾਂ ਕਰਨੀ ਪੈਣੀ ਜਿੱਦਾਂ ਪਹਿਲਾਂ ਕੀਤੀ ਸੀ ਏਦਾਂ ਨੀ ਨੌਜਵਾਨਾਂ ਜਿੱਤ ਮਿਲਣੀ ਲਾਲੀ ਜਾਂਦੇ ਝੰਡੇ ਨਾਲ ਪਹਿਲਾਂ ਵਾਰ ਕਲਮ ਪਿੱਛੋਂ ਵਾਰ ਖੰਡੇ ਨਾਲ ਚਾਰੇ ਹੀ ਤਰੀਕੇ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲੀ ਜੀ ਦਾ ਡੰਡੇ ਨਾਲ ਇੱਧਰ ਕਹਿੰਦੇ ਸਿੱਖ ਸਰਦਾਰ ਕਰੇਗਾ ਉਹ ਸਾਹਮਣੇ ਲੱਗਦਾ ਜੋਰ ਲੱਗੀ ਕੈਂਚੀ ਜਗਿਆ ਸੋਹਣੀ ਹਾਈਟ ਹੈ ਨਵੀਂ ਲਾਡੀ ਥੋੜਾ ਜਿਹਾ ਸਰੀਰ ਭਰ ਗਿਆ ਤੇ ਮੁੰਡਾ ਐਨ ਦੁਨੀਆਂ ਲੁੱਟਣ ਵਾਲੀ ਗੱਲ ਕਰੇਗਾ ਇਧਰ ਕਾਟੋ ਕਿੰਨੇ ਡਾਣੀ ਡਾਣੀ ਤੋਂ ਫਿਰ ਜਾਂਦੀ ਆ ਪਰ ਇਹ ਵੀ ਤੇਜ ਤਰਾਰ ਧੁਰਜੀ ਮਜਾਨ ਪੁਰੀ ਅਤੇ ਕਾਦੋ ਦੇ ਵਿਚਕਾਰ ਜੋਰ ਪੈਂਦੀ ਰੇੜ ਚਿੱਟੀ ਵਾਲਿਆ ਚੱਕ ਮੈਂ ਕਰਦੇ ਸੰਤ ਗਬਰੂ ਦੀ ਆਓ ਸਾਹਮਣੇ ਮੇਰੇ ਮਿੱਤਰੋ ਜਾਫੀ ਚਾਰ ਨੇ ਨਵੀਂ ਪ੍ਰੀਤ ਆਹ ਸੁਨੀਲ ਆਹ ਸਾਹਮਣੇ ਹੁਣ ਦੇਖਦੇ ਵੀ ਜੋਤੀ ਵਰਗੇ ਆਹ ਪ੍ਰਿਤਪਾਲ ਵਰਗੇ ਕਿਹੜਾ ਬੱਲੇ ਬੱਲੇ ਕਰਵਾਊਗਾ ਨਵੀਂ ਘੁੱਟਿਆ ਸਾਰੇ ਟੱਬਰ ਪੈ ਗਿਆ ਹਰਦਾ ਇੱਕ ਨੇ ਵੀ ਲੈਣਾ ਸੀਗਾ ਕਿ ਘੜੇ ਨੂੰ ਮੇਜਰ ਈਸੇਵਾਲ ਦੀ ਵੀ ਡਿਊਟੀ ਲਾਈ ਹੈ ਮੇਜਰ ਜੀ ਨਾਲੇ ਤਾਂ ਪੇਟ ਕੰਟਰੋਲ ਚ ਹੋ ਜੂ ਨਾਲੇ ਕੰਮ ਹੋ ਜੂ ਨਾਲੇ ਮਿਹਨਤ ਹੋ ਜੂ ਐਕਸਰਸਾਈਜ਼ ਹੋ ਜੂ ਜ਼ਰੂਰੀ ਆ ਮੇਰੇ ਵੀਰੇ ਕਿ ਜਿਮ ਵਿੱਚ ਜਾ ਕੇ ਕਦੇ ਖੜੀਏ ਨਾ ਬਹਿਲੇ ਯਾਰਾਂ ਦੋਸਤਾਂ ਨਾਲ ਹੁੰਦੇ ਜੱਗ ਉੱਤੇ ਮੇਲੇ ਆਹ ਪਿੰਡ ਰੂਪੀ ਫਤਿਹਪੁਰੀਆ ਪਰ ਦੂਜੇ ਪਾਸੇ ਮੈਨੂੰ ਲੱਗਦਾ ਚਲਾਨ ਘੱਟਦਾ ਆਹ ਪੰਜਾਬ ਪੁਲਿਸ ਵਾਲੇ ਨੂੰ ਚਲਾਨ ਘੱਟਦਾ ਪਰ ਕਦੇ ਕਦੇ ਕਹਿੰਦਾ ਨਾ ਵੀ ਫਿਰ ਪਤਾ ਲੱਗ ਜਾਂਦਾ ਵੀ ਕੀਤੀ ਹੋਈ ਮਿਹਨਤ ਹੈ ਸਾਡੀ ਹੋਈ ਖਰਾਟ ਹੈ ਹਾਂਜੀ ਜਗਤਾਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਮੈਂ ਤੁਹਾਡੇ ਹਵਾਲੇ ਹੈ ਪੰਜਾਬ ਪੁਲਿਸ ਥਾਣਾ ਸਦਰ ਤੋਂ SHO ਸਹਿਬਾਨ ਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਪੱਤਰਕਾਰ ਅਜੀਤ ਅਖਬਾਰ ਤੋਂ ਉਹਨਾਂ ਨੂੰ GI ਨੂੰ ਬਹੁਤ ਬਹੁਤ ਧੰਨਵਾਦ ਸਾਥੀਓ ਪੰਜਾਬ ਪੁਲਿਸ ਨੇ ਪਹਿਲੇ ਦਿਨ ਤੋਂ ਖੇਡਾਂ ਦੇ ਲਈ ਵੱਡੀਆਂ ਮੱਲਾਂ ਮਾਰ ਕੇ ਦਿਖਾਈਆਂ ਸਿੰਘ ਜੀ ਦੇ ਵੱਲੋਂ
ਪੰਜਵੀਂ ਵਾਰ ਵੱਡੀਆਂ ਖੇਡਾਂ ਕਰਵਾਈਆਂ ਗਈਆਂ, ਵੱਡੀਆਂ ਮੈਰਾਥਨ ਵੀ ਨਵਾਂ ਸ਼ਹਿਰ ਦੇ ਵਿੱਚ ਕਰਵਾਈਆਂ ਗਈਆਂ। ਪੰਜਾਬ ਪੁਲਿਸ ਨੌਜਵਾਨਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਤੇ ਵੱਡਾ ਉਤਸ਼ਾਹ ਦਿਖਾਉਂਦੀ ਹੈ। ਜੀ ਆਇਆਂ ਨੂੰ ਪੰਜਾਬ ਪੁਲਿਸ ਨਵਾਂ ਸ਼ਹਿਰ ਦਾ ਗ੍ਰਾਮ ਪੰਚਾਇਤ ਜੱਬੋਵਾਲ ਦੇ ਵੱਲੋਂ ਜੀ ਆਇਆਂ ਨੂੰ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਖੇਡ ਵਿਭਾਗ ਦੀ ਪੌੜੀਆਂ ਪੌੜੀਆਂ ਥਾਪੀਆਂ, ਇਹ ਜਾਫੀ ਹੈ ਅੱਜ ਬਤੌਰੇ ਰੇਡਰ ਖੇਡ ਵਿਭਾਗ ਵਿੱਚ ਰੇਡਾ ਪਾਉਂਦਾ, ਕੋਈ ਰੇਡਾ ਪਾਉਂਦਾ ਏ, ਕੋਈ ਜੱਫੇ ਲਾਉਂਦਾ ਏ, ਆਹ ਖੇਡ ਵਿਭਾਗ ਵਿੱਚ ਪੈਂਦੀ ਰੇਡ ਲਾਵੀ ਸਰੀਰ ਫਤਿਹ ਪੁਰੀਆ। ਪਰ ਜੋਤੀ 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 ਕਰੀ ਘੁੰਮਾਵਾਂ ਨੰਬਰ ਜਿਹੜਾ ਸਰਪੰਚ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੇ ਵੀ ਸਾਡੇ ਅਹੁਦੇਦਾਰ ਵੀਰ ਨੇ, ਸਰਦਾਰ ਜਗਤਾਰ ਸਿੰਘ ਜੀ ਇੱਧਰ ਮਾਈਕ ਤੋਂ ਜਿਹੜੇ ਦਿਸ਼ਾ ਨਿਰਦੇਸ਼ ਦਿੰਦੇ ਹੋਏ, ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਨੌਜਵਾਨ ਧਾਵੀ ਵੱਧਦਾ ਹੋਇਆ, ਦੂਜੇ ਪਾਸੇ ਪ੍ਰਤਾਪਰੇ ਵਾਲਾ ਫਰਦਾ ਗੁੱਟ ਹੁਣ ਕੈਂਚੀ ਲੱਗੂ ਜਾਂ ਫਿਰ ਇੱਧਰ ਨੱਠੂ, ਉਧਰਲੇ ਪਾਸੇ ਵੇਖਦੇ ਕਿ ਪੁਆਇੰਟ ਵੇਖਦੇ ਕਿ ਇਧਰਲੇ ਪਾਸੇ ਹਕੀਮਪੁਰ ਪੁਰੇ ਵਾਲ ਜਿਹਦਾ ਗੁੱਟਦਾ ਹੋਇਆ, ਉਧਰਲੇ ਪਾਸੇ ਵੇਖਦੇ ਮੁਕਾਬਲਾ ਸਕਦੇ ਉੱਪਰ ਜੋਤੀ 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 ਹਾਂ ਮਿੱਤਰਾਂ ਦੇ ਫੁਲਕੇ ਨੂੰ ਮੈਂ ਖੰਡ ਰੱਬਰ ਇੱਥੇ ਲਾਵਾਂ। ਸ਼ਾਮ 84 ਦੇ ਫੌਜੀ ਵਾਂਗੂ ਤੇਜ ਕਬੱਡੀ ਪਾਈ ਤੇ ਤੇਜ ਨੂੰ ਤੇਜ ਆ, ਇਹਨਾਂ ਦੇ ਸ਼ੇਰ ਨੂੰ ਬੱਬਰ ਸ਼ੇਰ ਆ, ਤੇ ਕਈ ਵਾਰੀ ਝੋਟੇ ਵੀ ਝੋਟਾ ਟੱਕਰ ਪੈਂਦਾ ਮੋਹਰੇ, ਇਹ ਟੱਕਰ ਬਰਾਬਰ ਦੀ ਵਿਚਕਾਰ ਹਰ ਝੋਟੀ ਦੀ ਟੱਕਰ ਦੂਜਾ ਸੈਮੀ ਫਾਈਨਲ ਕਾਟੋ ਜਬੋਵਾਲੀਆ ਕਬੱਡੀ 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 ਕਰਦਾ ਹੋਇਆ ਹਰ ਦਰਸ਼ਕਾਂ ਦੀਆਂ ਨਿਗਾਹਾਂ ਟਿੰਗੀਆਂ ਹੋਈਆਂ, ਉੜਦੀ ਹੈ ਧੂੜ, ਕੋਈ ਬੈਠ ਕੇ ਕੋਈ ਖੜ ਕੇ ਹਰ ਖੇਡ ਕਬੱਡੀ ਦੇ ਨਜ਼ਾਰੇ ਲਾ ਰਹੇ ਨੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹ ਸਭ ਇਲਾਕੇ ਦਾ ਇਹਦਾ ਗੁਰਪ੍ਰੀਤ ਸਿੰਘ ਨਾਮ ਹੈ, ਕਬੱਡੀ ਕਰਦੇ ਹੋ ਮੈਦਾਨ ਦੇ ਵਿੱਚ ਵਾਧਾ ਹੋਇਆ। ਤੁਹਾਡਾ ਰੇਡ ਨੌਜਵਾਨ ਗੱਭਰੂ ਚਾਰ ਖਿਡਾਰੀ ਨੇ, ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ, ਹੁਣ ਵੇਖਦੇ ਕਿ ਪੈਂਦੀ ਹੋਈ ਕਬੱਡੀ ਤੇ ਮੁਕਾਬਲਾ ਸਕਦੇ ਆਹ ਕੀਤੀ ਹੋਈ ਟਰਾਈ ਹੈ। ਲਓ ਸੁਨੀਲ 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 ਇਸ ਵੇਲੇ ਫਤਿਹਪੁਰ ਦੀ ਧਰਤੀ ਦਾ ਇੱਕ ਵਾਰੀ ਸੁਨੀਲ ਨੇ ਤਾੜੀਆਂ ਮਾਰਿਆ, ਇੱਕ ਵਾਰੀ ਸੁਨੀਲ ਫਤਿਹਪੁਰ ਲਈ ਤਾੜੀਆਂ ਮਾਰਦਾ, ਕਿਉਂਕਿ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਹਰ ਟਾਈਮ ਜਿੱਤ ਤੇ ਨਹੀਂ ਮਿਲਦੀ, ਕਦੇ ਜਿੱਤਾਂ ਕਦੇ ਹਾਰਾਂ, ਪਰ ਕੋਸ਼ਿਸ਼ ਜ਼ਰੂਰੀ ਹੈ, ਹੌਸਲਾ ਜ਼ਰੂਰੀ ਹੈ, ਉਦਮ ਜ਼ਰੂਰੀ ਹੈ, ਮਿਹਨਤ ਜ਼ਰੂਰੀ ਮੇਰੇ ਵੀਰੇ। ਆਲਸ ਦੇ ਨਾਲ ਕੁਛ ਨਹੀਂ ਹੁੰਦਾ ਤੇ ਮਿਹਨਤ ਦੇ ਨਾਲ ਬੰਦਾ ਦੁਨੀਆਂ ਜਿੱਤ ਜਾਂਦਾ। ਉਹ ਸਾਹਮਣੇ ਕਹਿੰਦੇ ਖੇਡ ਮੈਦਾਨ ਵਿੱਚ ਇਹ ਕਹਿੰਦੇ ਪ੍ਰਤਾਪਰੇ ਵਾਲਾ ਉਹ ਸਿੱਖ ਸਰਦਾਰ ਲੱਤ ਨੂੰ ਕਹਿੰਦੇ ਕੈਂਚੀ ਚਾੜੀ ਸਰਹਾਲ ਮੁੰਡੀ ਦੇ ਡਬਰੂ। 500 ਰੁਪਈਆ ਕਾਟੋ ਦੇ ਵਾਸਤੇ ਜੋਗਾ ਸਿੰਘ USA। ਜੋਗਾ ਸਿੰਘ ਨੇ ਵੀ ਜਦੋਂ ਕਬੱਡੀਆਂ ਖੇਡੀਆਂ ਸਾਥੀਓ ਬਹੁਤ ਵੱਡਾ ਨਾਮ ਰੋਸ਼ਨ ਕੀਤਾ। ਜੋਗਾ ਸਿੰਘ ਦੀਆਂ ਕਬੱਡੀਆਂ ਨੂੰ ਵੀ ਪਿੰਡ ਬਹੁਤ ਭਲੀ ਭਾਂਤੀ ਜਾਣਦਾ ਕੀਤਾ, ਕਿਉਂਕਿ ਅੱਜ ਕਿੰਨਾ ਵਧੀਆ ਲੱਗਦਾ ਹੋਵੇਗਾ ਜੋਗਾ ਸਿੰਘ ਜੀ ਦੇ ਹੱਥਾਂ 'ਚ ਦੇ ਵਿੱਚ ਵੱਡੇ ਇਹ ਸਾਰੇ ਛੋਟੇ ਛੋਟੇ ਨੌਜਵਾਨ ਵੱਡੇ ਹੋਏ ਨੇ, ਜਵਾਨ ਬਣੇ ਨੇ। ਅੱਜ ਉਹਨਾਂ ਖਿਡਾਰੀਆਂ ਦਾ ਵੀ ਬਹੁਤ ਵੱਡਾ ਮਾਣ ਤੇ ਸਤਿਕਾਰ ਜਿਹਨਾਂ ਦੇ ਵੱਲੋਂ ਵੱਡੇ ਇਨਾਮ ਦਿੱਤੇ ਜਾਂਦੇ ਨੇ। ਤੈਨੂੰ ਖਾਲਸਾ ਜੋਗਾ ਸਿੰਘ ਜੀ ਦਾ ਬੇਟਾ ਜੋਗਾ ਸਿੰਘ ਹੈ, ਹਰ ਪੈਸੇ ਸਿੱਧੇ ਪਾਉਂਦੇ ਕਰਦੇ ਲਓ ਸਿੱਧ ਵਾਲੀ ਆ ਖੇਡ ਮੈਦਾਨ ਦੇ ਵਿੱਚ ਕਬੱਡੀ 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 ਕਰਦਾ ਹੋਇਆ ਆ ਲੱਗਾ ਹੋਇਆ ਜੋਰ ਪ੍ਰਤਾਪਰੇ ਵਾਲੇ ਨੇ ਫੜਿਆ ਵਿੱਚ ਛਡਾਇਆ ਬੱਤੇ ਹੁਣ ਦੀ ਧੂੜ ਲੋਕੀ ਖੜ ਖੜ ਦੇਖਣ ਜੀ ਹਰ ਗੱਭਰੂ ਖੇਡਣ ਦੇ ਲੋਕ ਕਬੱਡੀ ਟੱਚ ਹਲਕਾ ਲਾਉਂਦੇ ਨੇ ਸੰਦੀਪ ਸਾਹਿਬ ਲੱਭੀ ਹਰ ਧੂੜਾ ਪੱਟੀ ਜਾਂਦੇ ਨੇ
ਜਿਹਨਾਂ ਨੇ ਦੁੱਧ ਮਾਵਾਂ ਦਾ ਪੀਤਾ, ਜੋ ਕੋ ਫੜਨੇ ਸੌਖੇ ਨਹੀਂ, ਬਿੱਲਾ ਲੱਖਾਂ ਤੇ ਕੁਲ ਜੀਤਾ। ਕਮਲੇ ਪੈਂਦੀ ਰੇੜ, ਆਓ ਪੈਂਦੀ ਰੇੜ ਤੇ ਸਦੀਲ, ਆਓ ਫਤਿਹਪੁਰੀਆ, ਆਓ ਫਤਿਹਪੁਰੀਆ, ਆਓ ਸਰੀਰ ਤੇ ਬਣਾਉਣ ਵਾਲਾ ਬਡਾਰੇ ਵਾਲਾ ਸਰਾਦਰ ਆ ਗਿਆ। ਫੜ ਵੀ ਨੌਜਵਾਨਾਂ ਤੇਰਾ 500 ਸਾਡੇ ਗੁਰੂ ਦੀ ਲਾਡੀ ਫੜ, ਪੈਸੇ ਫੜ ਨੌਜਵਾਨਾਂ। ਹਾਂਜੀ ਲਾਓ, ਕਬੱਡੀ ਬਣ ਜਾਣੀ ਇਸ ਵੇਲੇ। ਪ੍ਰਤਾਪਰੇ ਵਾਲਾ, ਪ੍ਰਤਾਪਰੇ ਵਾਲਾ, ਪ੍ਰਤਾਪਰੇ ਵਾਲਾ, ਆਓ ਨੰਬਰ ਨੰਬਰ ਰੂਪੀ ਫਤਿਹਪੁਰੀ ਨੰਬਰ ਦਾ ਵਾਧੀ ਕਬੱਡੀਆਂ ਪਈਆਂ ਤੇ 13 ਜਫੇ ਲੱਗੇ। ਇੱਕ ਵਾਰੀ ਤਾਰੀ ਜ਼ੋਰ ਦੇ ਨਾਲ ਮਾਰ ਦਿਓ। ਹਕੀਮਪੁਰ ਪੁਰੇਵਾਲ ਦੇ ਨੰਬਰ ਨੇ 15.5 ਤੇ 15.5 ਦੇ ਮੁਕਾਬਲੇ ਜੱਪੋਵਾਲ ਦੇ ਨੰਬਰ ਨੇ 17। ਇੱਕ ਵਾਰੀ ਤਾਰੀ ਜਿਹੜੀ ਜ਼ੋਰ ਦੇ ਨਾਲ ਮਾਰ ਦਿਓ। 15.5 ਤੇ 17 ਦੀ ਟੱਕਰ ਹੈ ਸਰਪੰਚ ਸਾਹਿਬ। ਰੰਗ ਦੀਆਂ ਦੁੱਕੀਆਂ ਜਿਤਾ ਦੇਣ ਬਾਜ਼ੀਆਂ, ਭਾਵੇਂ ਹੱਥਾਂ ਵਿੱਚ ਫੜੇ ਜੱਕੇ ਹੁੰਦੇ ਨੇ ਕਿ ਕੱਚੀਆਂ ਘਰਾਂ ਦੇ ਵਿੱਚ ਜੰਮੇ ਹੋਇਆਂ ਦੇ, ਰੰਗ ਤੇ ਇਰਾਦੇ ਬਹੁਤ ਪੱਕੇ ਹੁੰਦੇ ਨੇ। ਆਓ ਸਮੇਂ ਪਾਉਂਦਾ ਹੈ ਰੇੜ ਤੇ ਦੂਜੇ ਪਾਸੇ ਮੁਕਾਬਲਾ ਸਖਤ ਹੈ। ਹੁਣ ਵੇਖਦੇ ਕਿ ਟੱਕਰ ਦੀਪੂ ਦੇ ਨਾਲ, ਆਓ ਤਾਰੀ ਜ਼ੋਰ ਦੇ ਨਾਲ ਲਾਓ। ਦੀਪੂ ਸਿਰਾ ਕਰਵਾ ਗਿਆ, ਦੀਪੂ ਅੱਤ ਦਾ ਜੱਫਾ ਲਾ ਗਿਆ, ਮੁੰਡਾ ਐਂਡ ਕਰਵਾ ਗਿਆ। ਲਓ ਜੱਪੋਵਾਲ ਦੇ ਵਿੱਚ ਮੇਰੇ ਵੀਰੋ ਹੱਲਾ ਗੁੱਲਾ ਹੋ ਰਿਹਾ। ਲਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਨੌਜਵਾਨ ਕਾਫੀ ਵਾਧਾ ਹੋਇਆ। ਦੂਜੇ ਪਾਸੇ ਵੇਖਦੇ ਹਾਂ ਨਿਜ਼ਾਮਪੁਰੀਆ, ਆਓ ਨਿਜ਼ਾਮਪੁਰੀਆ। ਭਰਜੀ ਕਹਿੰਦੇ ਨਿਜ਼ਾਮਪੁਰੀਆ, ਕੈਂਚੀ ਲਾ ਕੇ ਬੜੇ ਬੜੇ ਕਰਵਾਉਣਾ ਹੋ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਵੀ ਕਾਟੋ, ਹੁਣ ਦੋ ਦੋ ਪੌੜੀਆਂ ਪੈਣੀਆਂ। ਆਓ ਮਸਲਾ ਜਿੰਨਾ ਬਣ ਗਿਆ, ਕਬੱਡੀ ਪੁਰੀ ਤੰਬੇ ਨੂੰ ਮਾਰ ਪਵਾ ਹੈ। ਆਓ ਮੇਰੇ ਵੀਰੋ, ਇਸ ਲੀਗ ਲਈ ਬਹੁਤ ਵੱਡਾ ਰੋਲ। ਲਓ ਸਾਹਮਣੇ ਜੱਜ ਮੰਡੀਆਂ ਵਾਲਾ ਖੇਡ ਮੈਦਾਨ ਚ ਕਬੱਡੀ 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 ਕਬੱਡੀ। ਉਧਰ ਡਮਰੂ ਵਰ ਗਏ, ਦੀਪੂ ਵਰ ਗਏ, ਆਹ ਮਰਵੀਨਾ ਜੋਤੀ ਵਰ ਗਏ, ਪਰ ਕਹਿੰਦੇ ਡਮਰੂ ਕਰੂ ਕਮਾਲ। ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਅਜੇ ਤਾਂ ਯਾਰ, ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ। ਲਓ ਇਹ ਕੰਨੂ ਉੱਪਰ ਖਾਲਸਾ ਵਾਲਾ, ਦੂਜੇ ਪਾਸੇ ਇਹ ਕੌਣ ਹੈ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ। ਆਹ ਵੇਖਦੇ ਕਿ ਦੀਪੂ 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 ਕਰ ਗਿਆ ਮੁਕਾਬਲਾ ਸੱਤ ਮੇਰੇ ਮਿੱਤਰੋ। ਆਹ ਲੱਗਿਆ ਬੀਜੀਆਂ ਸੀ ਭਿੰਡੀਆਂ ਹੋ ਗਿਆ ਖੀਰੇ। ਹਾਂ ਨੰਬਰ ਜਿਹੜਾ ਰੈਫਰੀ ਡਿਸੀਜਨ ਵੀ ਰੇਡਰ ਦਾ ਲਾਡੀ ਹੂਟਰ ਦਾ ਵੱਜਿਆ ਨੀ ਵੀ ਨੰਬਰ ਦਾ, ਨੰਬਰ ਤਾਂ ਰੇਡਰ ਦਾ, ਹੂਟਰ ਤਾਂ ਬਾਅਦ ਵਿੱਚ ਵੱਜਿਆ, ਲਾਡੀ ਨੰਬਰ ਰੇਡਰ ਦਾ ਕੰਮ ਰੇਡਰ ਦਾ ਰੇਡ ਹਟਾ ਦੇਣੀ।
ਵੀਰ ਕਲੱਬਾ ਜੀ ਖੇਡੇਗਾ। ਲਓ ਇਹ ਨੌਜਵਾਨ ਕਾਲਾ ਸੰਧੂਵਾਲ ਦੀ ਧਰਤੀ ਦਾ ਪਿਆਰ ਹੈ ਗਲੈਰੀ ਕੋਚ ਦੇ ਨਾਲ। ਆਹ ਸਾਹਮਣੇ ਪਾਉਂਦਾ ਹੈ ਰੇਰ ਸੰਤ ਬਾਬਾ ਜਵਾਲਾ ਸਿੰਘ ਜੀ, ਸਾਊਥ ਅਮੈਰੀਕਾ ਦੀ ਟੀਮ ਲਈ ਆਹ ਨੌਜਵਾਨ ਇਸੇ ਸਾਰੇ ਕਲੱਬਾਂ ਵਿੱਚ ਖੇਡੇਗਾ। ਲਓ ਇਧਰਲੇ ਪਾਸੇ ਪੁਆਇੰਟ ਕਾਲਾ ਸੰਧੂਵਾਲੀ ਅਗਲਪੁਰੀਏ ਗੋਲੀ ਦੇ ਸਾਹਮਣੇ ਵਾਲਾ ਦੱਦੂ ਕਬੱਡੀ ਧਾਰਿਆ ਆਹ ਧਰਮਾਂ ਜਿਹਾ ਸਰੀਰ ਆ, ਆਹ ਕਹਿੰਦੇ ਕਣਕ ਵੰਨਾ ਜਿਹਾ ਰੰਗ ਆ, ਆਹ ਦੂ ਦੂ ਕਰਦੀ ਜਵਾਨੀ ਲੋਹੜੇ ਦੀ, ਟੱਚ ਲਾ ਕੇ ਜੇ ਭੱਜਦਾ ਜਿਵੇਂ ਬਾਹਰ ਰੋਲੇ ਦੀ, ਪਿੰਡ ਧਾਰੀ ਵਾਲ ਤੇ ਸੁਨੱਖਾ ਰੱਜ ਕੇ ਗੈਰੀ ਸਿੰਘ ਵਾਂਗੂ ਜੱਟ ਦੀ ਚੜ੍ਹਾਈ ਜਗਦੇ। ਇਹ ਕਿਤੇ ਜਨਾਬ ਮੱਖਣ ਵਾਲੀ ਦੇ ਲਿਖੇ ਬੋਲ ਧਾਲੀਵਾਲ ਦੇ ਬਾਨੇ ਲਈ, ਕਬੱਡੀ ਦੇ ਤੋਹਫੇ ਲਈ ਧਾਰਿਆ ਜੱਬੋ ਵਾਲੀਆ। ਲਓ ਸਾਡੋ ਜੱਬੋ ਵਾਲੀਆ ਤੁਹਾਡੇ ਆਪਣੇ ਨਗਰ ਦਾ ਕਬੱਡੀ ਖਿਡਾਰੀ, ਆਹ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ। ਦੂਜੇ ਪਾਸੇ ਪ੍ਰਤਾਪਰੇ ਵਾਲਾ ਚੀਨ ਦੀ ਕੰਧ ਬਣਦਾ ਹੋਇਆ, ਪਰ ਮੁੰਡਾ ਤੇਜ ਤਾੜੀ ਯੋਜਨਾ ਨਾਲ ਮਾਰ ਦਿਓ। ਲਓ ਜੱਬੇ ਨੂੰ ਨਾਮ ਬਣਾਉਣਾ ਪੈਣਾ ਮੇਰੇ ਪੰਜਾਬੀ ਵੀਰੋ। ਲਓ ਅਗਲੀ ਕਬੱਡੀ ਪਾਉਣ ਦੇ ਲਈ ਮੰਡੀਆਂ ਵਾਲਾ ਜੱਜ ਜੋਗਾ ਸਿੰਘ ਜੀ ਜੋ ਇੱਥੇ ਆਓ ਵੀਰਾ, ਸਟੇਜ ਦੇ ਲਾਗੇ ਪੁਰਾਣੇ ਖਿਡਾਰੀ ਆਓ। ਬਹੁਤ ਹੀ ਤੁਹਾਡਾ ਸਤਿਕਾਰ ਜੋਗਾ ਸਿੰਘ ਯੂ ਐਸ ਏ। ਜੋਗਾ ਸਿੰਘ ਜੀ ਜਿੱਥੇ ਖੜੇ ਆ ਉੱਥੇ ਫਤਿਹ ਸਾਂਝੀ ਕਰ ਦੋ। ਜੋਗਾ ਸਿੰਘ ਜੀ ਤਾੜੀਆਂ ਫੇਰ ਡਰਾਈਵਰ ਅਮਰੀਕਾ ਵਾਲਿਆ, ਹਾਂ ਕਿੱਥੇ ਜਾਂਦੀ ਤਨਖਾਹ, ਕਹਿੰਦੇ ਕਹਾਂਗੇ ਕਬੱਡੀ ਤੋਂ ਲਿਖਾ ਤੇਰੀ ਵੇ ਡਰਾਈਵਰ ਅਮਰੀਕਾ ਵਾਲਿਆ। ਜੋਗਾ ਸਿੰਘ ਜੀ ਯੂ ਐਸ ਏ ਮਾਣ ਮਹਿਸੂਸ ਕਰਦੇ, ਉਹਨਾਂ ਦਾ ਪੁੱਤਰ ਵੀ ਵਧੀਆ ਖਿਡਾਰੀ। ਆਹ ਸਾਹਮਣੇ ਹਰਖੋ ਵਾਲੀ ਸੋਰੀ ਰੂਬੀ ਫਤਿਹਪੁਰੀ ਆ, ਇੱਕ ਹਰਖੋ ਵਾਲੀ ਆ ਪਰ ਫਤਿਹਪੁਰੀ ਆ ਨੰਬਰ ਆਪਣੀ ਜ਼ਰੂਰ ਇਸ ਲਈ ਵੀਰ ਜੀ ਆ ਜਾਓ, ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਲਓ ਕਬੱਡੀ ਪਾਉਣ ਦੇ ਲਈ ਕੰਨੂ ਉੱਪਰ ਖਾਲਸੇ ਵਾਲਾ ਮੈਦਾਨ ਦੇ ਵਿੱਚ ਵਾਧਾ ਹੋਇਆ, ਚਾਰ ਖਿਡਾਰੀ ਨੇ, ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ। ਬੰਦਾ ਰੇਡ ਇੱਕ ਵਾਰ ਚੇਨ ਟੁੱਟੇ ਦੋ ਵਾਰ ਜਿਹੜਾ ਫਿਰ ਜਿਹੜਾ ਪੁਆਇੰਟ ਰੇਡਰ ਨੂੰ ਦਿੱਤਾ ਜਾਵੇਗਾ, ਰੂਲ ਰੈਗੂਲੇਸ਼ਨ ਨੇ। ਪਰ ਮੰਗਾ ਨਾਗ ਨਹੀਂ ਮੰਨ ਰਿਹਾ ਨੰਬਰ ਬਿੱਲੀ ਦਾ, ਬਿੱਲੇ ਦਾ ਵੀ ਜ਼ੋਰ ਲੱਗਾ ਹੋਇਆ ਪਿੰਡ ਹੈ। ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਰੇਲ ਕੋਚ ਫੈਕਟਰੀ ਆ, ਉਹ ਆਪਣੇ ਇੰਡੀਆ ਨੂੰ ਮਾਣ ਮਿਲਿਆ ਜਿਵੇਂ ਕਪੂਰਥਲੇ ਨੂੰ ਮਾਣ ਮਿਲਿਆ। ਆਹ ਮੇਰੇ ਵੀਰੋ ਰੇਲ ਕੋਚ ਫੈਕਟਰੀ ਦੇ ਲਾਗੇ ਇੱਕ ਕਾਲਾ ਸੈਦੋ ਕੋ ਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜਨਾ ਹੋਇਆ। ਸੈਦੋ ਬਾਲ ਦੁਨੀਆ ਮੈਦਾਨ ਦੇ ਵਿੱਚ ਵਾਧਾ ਹੋਇਆ, ਦਾਦੂ ਲਸਾਰੇ ਵਾਲਾ ਕਬੱਡੀ ਭਾਰ ਹੈ, ਚਾਰ ਖਿਡਾਰੀ ਤਿਆਰ ਨੇ ਕਿ ਦੇਖ ਕੇ ਸਰੀਰ ਯਾਰੋ ਧੋਖੇ ਦੇ ਲੈਂਦੀ ਲੱਗ ਰਹੇ ਨੇ ਚੁੱਕੀ ਹੋਈ ਪੂਰੀ ਦੌੜ ਲਾਈ ਹੋ ਨਹਿਰ ਦੇ ਕਿਨਾਰੇ, ਨਾਲੇ ਡੰਡ ਕੱਢੇ ਹੋਣਗੇ ਖੇਡ ਖੇਡ ਕੇ ਕਬੱਡੀ। ਮੁੰਡੇ ਨੇ ਪਿੰਡ ਪਿੰਡ ਝੰਡੇ ਝੰਡੇ ਕੱਢੇ ਹੋਣਗੇ ਪਿੰਡ ਪਿੰਡ ਥਾਂ ਥਾਂ, ਤੇ ਐਵੇਂ ਨੀ ਸਪੀਕਰਾਂ ਚ ਨਾ ਬੋਲਦਾ, ਕੀਤੀ ਹੋਈ ਮਿਹਨਤ ਤਾਂ ਬੋਲਦਾ, ਇੱਕ ਪਿੰਡ ਨਹੀਂ ਥਾਂ ਥਾਂ ਬੋਲਦਾ। ਅਗਲਪੁਰੀਆ ਦਿਖਾ ਕੇ ਜਲਵਾ ਅਗਲਪੁਰੀਆ, ਪਰ ਸਾਹਮਣੇ ਜੱਜ ਕਹਿੰਦੇ ਮੰਡੀਆਂ ਵਾਲਾ ਕਿ ਕਰਦਾ ਏ ਮਾਣ ਇੱਥੇ ਕਿਹੜੀ ਗੱਲ ਦਾ। ਆ ਜੱਜਾਂ ਨੂੰ ਵੀ ਕਰਨੇ ਵਕੀਲ ਪੈਂਦੇ ਨੇ, ਚੋਗੇ ਜੀ ਉਸੇ ਵਾਲੇ ਦਾ ਸਪੁੱਤਰ ਲੱਗਦਾ ਮੈਨੂੰ ਨਾਗ ਬੱਲੇ 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 ਦਾਨੀ ਤਕਦੀਰੇ ਬੀਜੀਆਂ ਭਿੰਡੀਆਂ ਤੇ ਉੱਗ ਗਏ ਖੀਰੇ। ਬੜਾ ਤਕੜਾ ਜਿਹੜਾ ਮੁਕਾਬਲਾ ਖੇਡੇ ਆ ਰਿਹਾ ਇਸ ਵੇਲੇ ਰੂਬੀ ਫਤਿਹਪੁਰੀਆ ਮੈਦਾਨ ਦੇ ਵਿੱਚ ਵਾਧਾ ਹੋਇਆ, ਚਾਰ ਨੇ ਚਾਰਾਂ ਵਿੱਚੋਂ ਫਿਰ ਪ੍ਰਤਾਪਰੇ ਵਾਲਾ ਪ੍ਰਤਾਪਰੇ ਵਾਲਾ ਪ੍ਰਤਾਪਰੇ ਵਾਲਾ ਆਹ ਫਲਾਉਣ ਵਾਲਾ ਮੇਰੇ ਮਿੱਤਰੋ ਨੰਬਰ ਰੂਬੀ ਫਤਿਹਪੁਰੀਆ ਦੀਪੂ ਕਬੱਡੀ 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 ਆਹ ਪੱਲੇ ਆਹ ਸਿਰਾ ਆਹ
ਬਾਲ ਖਬਰੂਆ ਰੇਡਰ ਨਾ ਮੰਗਾ ਨਾਗ ਨਹੀਂ ਮੰਨ ਰਹੇ ਨੰਬਰ ਆਓ ਰੇਡਰ ਦੇਸੇ ਆ ਜਿਹੜੇ ਤਾਜੀ ਚੱਠਾ ਮਾਰੀ ਸੀ ਉਹਨਾਂ ਵਧੀਆ ਇਨਸਾਨ ਏ ਮੰਗਾ ਨਾਗ ਸਾਡਾ ਭਰਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਕਾਲਾ ਸੈਂਧੂ ਵਾਲੀਆ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਵੇਖਣੇ ਕੇ ਲਾਓ ਨੰਬਰ ਰੇਡਰ ਦਾ ਘਰੋਂ ਕੰਮ ਲੋਟ ਹੁੰਦੀ ਹੈ ਕਬੱਡੀ ਮਿੱਤਰੋ ਫਿਰ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ ਲਓ ਸਾਹਮਣੇ ਸਾਰੇ ਵਾਲਾ ਦੱਬੂ ਕਬੱਡੀ ਪਾ ਰਿਹਾ ਹਾਂਜੀ ਬਹੁਤ ਹੀ ਸਤਿਕਾਰ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਵੱਡੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਵਿਸ਼ੇਸ਼ ਤੌਰ 'ਤੇ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇਹਨਾਂ ਦੇ ਕਾਰੋ ਜਿਹੜਾ ਪੁਆਇੰਟ ਲੈ ਕੇ ਆਵੇਗਾ ਸਰਦਾਰ ਜੋਗਾ ਸਿੰਘ ਜੀ ਅਮਰੀਕਾ ਵਾਲੇ ਮੇਰੇ ਵੀਰੋ ਵੱਡਾ ਸਰਕਾਰ ਜਿਹੜਾ 500 ਦੇਣਗੇ ਆ ਫੜ ਬਈ ਕਾਟੋ ਜਿਹੜੇ ਮਾਇਆ ਦੇ ਗੱਠੇ ਨੌਜਵਾਨਾਂ ਗ੍ਰਾਮ ਪੰਚਾਇਤ ਜੱਬੋਵਾਲ ਦੇ ਵੱਲੋਂ ਡੀਐਸਪੀ ਸਾਹਿਬਾਨ ਰਾਜ ਕੁਮਾਰ ਜੀ ਦਾ ਜੋਰਦਾਰ ਤਾੜੀਆਂ ਦੇ ਨਾਲ ਸਵਾਗਤ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਿੰਡ ਜੱਬੋਵਾਲ ਦੀ ਧਰਤੀ 'ਤੇ ਡੀਐਸਪੀ ਸਾਹਿਬਾਨ ਰਾਜ ਕੁਮਾਰ ਜੀ ਪਹੁੰਚੇ ਨੇ ਉਹਨਾਂ ਦਾ GNA ਸਵਾਗਤ ਦੀਪ ਸਿੰਘ ਕਮੇਟੀ ਦੇ ਵੱਲੋਂ ਵੱਡਾ ਅਪਰਾਲਿਆਂ ਦੇ ਸਦਕਾ ਇਹ ਮੈਚ ਕਰਵਾਏ ਜਾਂਦੇ ਨੇ ਸਾਡੇ ਇਹਨਾਂ ਦੇ ਕਾਨੂੰਨ ਦੇ ਵਾਸਤੇ 500 ਰੁਪਇਆ ਉਹਨਾਂ ਦੇ ਹਾਂ ਉਹਨਾਂ ਦੇ ਦੇਤੇ ਤੁਹਾਡੇ ਵੱਲੋਂ ਵੀ ਜਿਹੜੇ ਮਾਇਰੇ ਗੱਪੇ ਆਏ ਨੇ ਉਹਨਾਂ ਦੇ ਬਾਦਲ ਸਾਹਿਬ ਦੇ ਰਹੇ ਨੇ ਇਹ ਮਾਂ ਨੇ ਮੇਰੇ ਵੀਰੇ ਤੁਹਾਡਾ ਪੁੱਤ ਕਬੱਡੀ ਖੇਡ ਰਹੇ SHO ਮਨਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਗਰਾਊਂਡ ਦੇ ਵਿੱਚ ਬਹੁਤ ਬਹੁਤ ਸਵਾਗਤ ਕਿਉਂਕਿ ਮਾਣ ਮੱਤੀਆਂ ਸ਼ਖਸੀਅਤਾਂ ਦਾ ਪਿੰਡ ਜੱਬੋਵਾਲ ਪਹੁੰਚਣ ਤੇ ਹਮੇਸ਼ਾ ਹੀ ਸਵਾਗਤ ਕੀਤਾ ਜਾਂਦਾ ਯਾਦਗਾਰੀ ਤਸਵੀਰ ਯਾਦਗਾਰੀ ਤਸਵੀਰ ਹੋਵੇਗੀ ਬਾਹਰੋਂ ਨਾਲ ਕੋਈ ਡਿਸੀਜਨ ਹੋ ਜੀ ਭਾਜੀ ਪਲੀਜ਼ ਹਾਂ ਵੀ 55 ਦੇ ਖਿਡਾਰੀ ਆ ਗਏ ਲਾਗੇ ਮੈਂ ਸਵਾਗਤ ਹੋਣਾ ਮੁਕੰਦ ਕੌਰ ਜਿਵੇਂ ਜਿਵੇਂ ਸ਼ਾਮ ਸੰਧੂਰੀ ਹੋ ਰਹੀ ਆ ਮੇਰੇ ਕੇ ਸਾਹਿਬ ਜਦ ਮਰਜ਼ੀ ਆ ਕੇ ਮੈਂ ਲਈ ਵੱਡੀ 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 ਬਾਹੋ ਗੱਭਰੂਆ ਸਿਰਾ ਕਰਾਤਾ ਜਿਵੇਂ ਚਿੱਟੀ ਵਾਲਾ ਕਹਿੰਦੇ ਮਾਈਕ ਤੇ ਸਿਰਾ ਕਰਾਉਂਦਾ ਆਹ ਮੇਰੇ ਵੀਰੋ ਖੇਡ ਮੈਦਾਨਾਂ ਦੇ ਵਿੱਚ ਅੱਜ ਕਹਿੰਦੇ ਕੌਣ ਜੱਫੇ ਲਾਉਂਦਾ ਕੌਣ ਕਬੱਡੀਆਂ ਪਾਉਂਦਾ ਸਾਰੇ ਕਬੱਡੀ ਪਾਉਣ ਦੇ ਨੇ ਦਾਦੂ ਲਸਾਰੇ ਵਾਲਾ ਦਾਦੂ ਲਸਾਰੇ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਜੱਬੋ ਵਾਲੀਏ ਆਹ ਪੱਟਾਂ ਦੇ ਥਾਪਾਂ ਮਾਰੇ ਨੇ ਮੇਰੇ ਮਿੱਤਰੋ ਆਉਂਦਾ ਰੇਡ ਦਾਦੂ ਲਸਾਰੇ ਵਾਲਾ ਤੇ ਸੁਨੀਲ ਫਤਿਹਪੁਰੀ ਨੰਬਰ ਲਸਾਰੇ ਵਾਲਾ ਦਾਦੂ ਆਪਣੀ ਟੀਮ ਦੇ ਸਹਿਯੋਗ ਲਓ ਅਗਲੀ ਕਬੱਡੀ ਪਾਉਣ ਦੇ ਲਈ ਕਾਟੋ ਮੈਦਾਨ ਦੇ ਵਿੱਚ ਵਾਧਾ ਹੋਇਆ ਪ੍ਰਤਾਪੜੇ ਵਾਲਿਆ ਆਗਲਪੁਰੀਆ ਜਾਂ ਫਿਰ ਨਿਜ਼ਾਮਪੁਰੀ ਉਹ ਦੇਖਦਾ ਮੁੰਡੇ ਨੇ ਆਹ ਪਿੰਡੇ ਦੇ ਕਿੰਨੀ ਕੁ ਜਵਾਨ ਆਏ ਜੱਬੋਵਾਲ ਦੀ ਧਰਤੀ ਦਾ ਤੇਜ਼ ਤਰਾਰ ਰੇਡਰ ਤਾਂ ਜਾਫਰਾਂ ਵਿੱਚੋਂ ਕੌਣ ਬਲੇ ਬਲੇ ਕਰਵਾਵੇਗਾ ਨਾ ਭੁਰਜੀ ਨਿਜ਼ਾਮਪੁਰੀ ਆ ਇੱਕ ਪਾਸੇ ਕਾਟੋ ਜੱਬੋਵਾਲੀ ਆ ਆਹ ਮੁਕਾਬਲਾ 47 ਓਵਰ ਦੇ ਨਾਲ ਮਾਰ ਦਿਓ ਬਈ ਜੇ ਲਾਉਂਦਾ ਮੰਡੀਆਂ ਵਾਲਾ ਜੱਜ ਫਿਰ ਕਬੱਡੀ ਪਾ ਰਿਹਾ ਮੇਰੇ ਵੀਰੋ ਹਾਂ ਰੀਪਲੇ ਵਾਲਾ ਨੰਬਰ ਲੈ ਲਓ ਰੇਡਰ ਦਾ ਜੀ ਨੋਟ ਕਰ ਲਓ ਸੁਖੀ ਵਿਰਕ ਜੀ ਰੀਪਲੇ ਵਾਲਾ ਨੰਬਰ ਰੇਡਰ ਦਾ ਬਹੁਤ ਬਹੁਤ ਧੰਨਵਾਦ ਅਮਨ ਜੀ ਕਰੋ ਗੱਲ ਪੈ ਗਈ ਪੈ ਗਈ ਇਹ ਨਹੀਂ ਛੱਡਦਾ
ਦਰਬਾਰ ਖਵਾਜਾ ਪੀਰ ਇੰਦੇ ਸ਼ਾਹ ਜੀ ਉਹ ਜਿਹੜੇ ਉਹ ਕਾੜੋ ਦੇ ਵਾਸਤੇ ਜਿਹੜੇ 100 ਦੇ ਵੱਡੇ ਸਤਿਕਾਰ ਦਿੰਦੇ ਹੋਏ ਲਓ ਸਾਹਮਣੇ ਰੂਬੀ ਰੂਬੀ ਖੇਡ ਮੈਦਾਨ ਤੇ ਫਤਿਹਪੁਰੀਆ ਅਗਲੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਗਾਂਧੀ ਰੋਡ ਆਹ ਕਬੱਡੀ 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 ਹੈਪੀ ਕਨੇਡਾ ਸਾਡਾ ਪਾਸਾ ਤੇ ਕਾਟੋ ਦੇ ਵਾਸਤੇ ਜੋਤੀ ਦੇ ਵਾਸਤੇ ਤੇ ਹੋਰ ਕਿਹੜਾ ਰਹਿ ਗਿਆ ਚਾਰ ਨੋਟ ਆਏ ਆ ਪੁੱਛ ਲਿਓ ਜੀ ਕਿਸੇ ਦਾ ਰਹਿ ਨਾ ਜਾਵੇ ਉਹਨਾਂ ਨੇ ਮੇਰੇ ਤੋਂ ਲੈਣੇ ਨਾਗ ਦੇ ਵਾਸਤੇ 500 ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਕਾਲਾ ਸੱਤੋ ਵਾਲੀਆ ਕਬੱਡੀ ਪਾਉਂਦਾ ਹੋਇਆ ਹੁਣ ਵੇਖਦੇ ਕਿ ਨੌਜਵਾਨ ਐਨ ਝੁਕਿਆ ਹੋਇਆ ਹੁਣ ਮੁਕਾਬਲਾ ਸਕਦੇ ਗੋਰੀ ਅਕਲ ਕੁੜੀ ਆ ਕੋਸ਼ਿਸ਼ ਕਰੇ ਕਾਲਾ ਸੱਤੋ ਵਾਲੀਆ ਗੋਪੀ ਬਾਜਵਾ ਗੁਰਪ੍ਰੀਤ ਕਹਿੰਦੇ ਅੱਜ ਕਹਿੰਦੇ ਰੇਡਰ ਬਣ ਕੇ ਕਬੱਡੀ ਪਾਉਣਾ ਹੋਇਆ ਨਹੀਂ ਤੇ ਕਹਿੰਦੇ ਜਾਫੀ ਆ ਵਧੀਆ ਕੌਮ ਦੇ ਜਿੱਥੇ ਲਾਉਣਾ ਹੁਣ ਦੇਖਦੇ ਲਾਓ ਗੋਪੀ ਮੈਂ ਤਾਂ ਫਸਿਆ ਹੋਇਆ ਇਹ ਤੋਂ ਅੰਦਾਜ਼ਾ ਲੱਗਦਾ ਰਾਜਨ ਮੈਂ ਉਸ ਬਾਹਰੋਂ ਫਸਿਆ ਹੋਇਆ ਕਿਉਂਕਿ ਜਾਫੀਆਂ ਨੂੰ ਰੇਡਾਂ ਪਾਉਣੀਆਂ ਪੈ ਰਹੀਆਂ ਤਾਰੀ ਰੋਡ ਦੇ ਨਾਲ ਮੈਂ ਤਾਂ ਫਸਿਆ ਕਿਉਂ ਸੁੱਖੀ ਬੈਂਗੇ ਕਿਉਂਕਿ ਜਾਫੀਆਂ ਨੂੰ ਜਿਹੜੀਆਂ ਰੇਡਾਂ ਪਾਉਣੀਆਂ ਪੈ ਰਹੀਆਂ ਨੇ ਬਾਈ ਮੈਚ ਵਧੀਆ ਲੱਗਿਆ ਤਾੜੀ ਹੋਰ ਬਣਨ ਮਾਰ ਦਿਓ ਜਿੱਤਾ ਹਾਰਾਂ ਦੇ ਫੈਸਲੇ ਮੈਨੂੰ ਲੱਗਦਾ ਮੈਂ ਸਮਾਪਤ ਹੈ 55 ਕਿਲੋ ਦੇ ਖਿਡਾਰੀ ਜਿਹੜੇ ਆ ਜਾਣ ਬਹੁਤ ਬਹੁਤ ਧੰਨਵਾਦ ਹੈ ਕਾਟੋ 500 ਲੈ ਜਾ ਜੀ ਪੂਰਾ ਬਰਾਬਰ ਖੇਡਿਆ ਗਿਆ ਪਤਾ ਨਹੀਂ ਕਿਹੜੀ ਟੀਮ ਨੇ ਜਿੱਤਣਾ ਸੀ ਪਰ ਮੈਚ ਪੂਰਾ ਫਸਿਆ ਹੋਇਆ ਸੀ ਸਾਡੇ 29 ਨੰਬਰ ਨੇ ਹਕੀਮਪੁਰ ਪੁਰੇਵਾਲ ਦੀ ਟੀਮ ਦੇ ਸਾਡੇ 29 ਦੇ ਮੁਕਾਬਲੇ 35 ਨੰਬਰ ਦੇ ਨਾਲ ਜੱਬੋਵਾਲ ਦੀ ਟੀਮ ਜਿੱਤ ਗਈ ਇੱਕ ਵਾਰੀ ਤਾੜੀ ਹੋਰ ਬਣਾ ਮਾਰ ਦਿਓ ਜੱਬੋਵਾਲ ਦੀ ਟੀਮ ਜਿੱਤ ਗਈ ਆ ਬਹੁਤ ਬਹੁਤ ਮੁਬਾਰਕਬਾਦ ਪਿੰਡ ਵਾਸੀਆਂ ਨੂੰ